ਉੱਤਰਾਖੰਡ ਦੇ ਵਿੱਚ ਰਿਸ਼ੀਕੇਸ਼ ਬਦਰੀਨਾਥ ਰਾਸ਼ਟਰੀ ਰਾਜਮਾਰਗ ਤੇ ਰੁਦਰਪ੍ਰਯਾਗ ਦੇ ਨਜ਼ਦੀਕ ਨਰਕੋਟਾ ਦੇ ਵਿੱਚ ਨਿਰਮਾਣਧੀਨ ਉੱਤਰਾਖੰਡ ਦੇ ਪਹਿਲੇ ਸਿਗਨੇਚਰ ਬ੍ਰਿਜ ਦਾ ਇੱਕ ਛੋਰ ਢਹਿ ਢੇਰੀ ਹੋ ਗਿਆ। ਗਨੀਮਤ ਇਹੀ ਰਹੀ ਕਿ ਜਿਸ ਸਮੇਂ ਪੁਲ ਡਿੱਗਿਆ ਉਸ ਸਮੇਂ ਕੋਈ ਵੀ ਮਜ਼ਦੂਰ ਸਾਈਟ ਤੇ ਕੰਮ ਨਹੀਂ ਕਰ ਰਿਹਾ ਸੀ, ਵਰਨਾ ਇੱਕ ਵੱਡਾ ਹਾਦਸਾ ਹੋ ਸਕਦਾ ਸੀ। ਰੁਦਰਪ੍ਰਯਾਗ ਜ਼ਿਲ੍ਹਾ ਪ੍ਰਸ਼ਾਸਨ ਇਸ ਘਟਨਾ ਦੇ ਵਿੱਚ ਜਾਂਚ ਦੇ ਸਖ਼ਤ ਆਦੇਸ਼ ਦੇ ਦਿੱਤੇ ਹਨ। ਦਰਅਸਲ ਰਿਸ਼ੀਕੇਸ਼ ਬਦਰੀਨਾਥ ਕੌਮੀ ਰਾਜਮਾਰਗ ਤੇ ਰੁਦਰਪ੍ਰਯਾਗ ਦੇ ਨਜ਼ਦੀਕ ਨਰਕੋਟਾ ਦੇ ਵਿੱਚ ਆਲ ਵੈਦਰ ਪਰਿਯੋਜਨਾ ਦੇ ਤਹਿਤ ਲਗਭਗ 60 ਕਰੋੜ ਦੀ ਲਾਗਤ ਦੇ ਨਾਲ 110 ਮੀਟਰ ਲੰਬਾਈ ਵਾਲੇ ਸਿਗਨੇਚਰ ਬ੍ਰਿਜ ਦਾ ਨਿਰਮਾਣ ਕਾਰਜ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਸੀ। ਉੱਤਰਾਖੰਡ ਦੇ ਨਰਕੋਟਾ ਦੇ ਵਿੱਚ ਇਹ ਪਹਿਲਾ ਸਿਗਨੇਚਰ ਬ੍ਰਿਜ ਬਣ ਰਿਹਾ ਹੈ। ਸਾਲ 2021 ਦੇ ਵਿੱਚ ਇਸ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ। ਦੱਸ ਦਈਏ ਕਿ 2022 ਦੇ ਵਿੱਚ ਵੀ ਇਸ ਦਾ ਇੱਕ ਬੇਸ ਥੱਲੇ ਡਿੱਗ ਗਿਆ ਸੀ ਅਤੇ ਉਸ ਸਮੇਂ ਹਾਦਸੇ ਦੇ ਦੌਰਾਨ 3 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਅਦ ਪੁਲ ਨਿਰਮਾਣ ਕਾਰਜ ਨੇ ਤੇਜ਼ੀ ਪਕੜੀ ਅਤੇ ਇਸ ਸਾਲ ਮਈ ਤੱਕ ਇਸ ਦਾ ਕਾਰਜ ਪੂਰਾ ਹੋਣਾ ਸੀ, ਲੇਕਿਨ ਅਜੇ ਤੱਕ ਨਹੀਂ ਹੋ ਸਕਿਆ। ਪੁਲ ਦਾ ਨਿਰਮਾਣ ਕਾਰਜ ਲਗਾਤਾਰ ਚੱਲ ਰਿਹਾ ਸੀ, ਲੇਕਿਨ ਬੀਤੇ ਦਿਨ ਅਚਾਨਕ ਪੁਲ ਦੇ ਇੱਕ ਹਿੱਸਾ ਟਾਵਰ ਦਾ ਢਹਿ ਢੇਰੀ ਹੋ ਗਿਆ। ਹਾਦਸੇ ਦੇ ਸਮੇਂ ਕੋਈ ਵੀ ਮਜ਼ਦੂਰ ਪੁਲ ਦੇ ਨਜ਼ਦੀਕ ਕੰਮ ਨਹੀਂ ਕਰ ਰਿਹਾ ਸੀ। ਪੁਲ ਨਿਰਮਾਣ ਦੇ ਲਈ ਰੇਲ ਵਿਕਾਸ ਨਿਗਮ ਨੇ ਪੈਸਾ ਦਿੱਤਾ ਹੋਇਆ ਹੈ, ਕਿਉਂਕਿ ਜਿੱਥੇ ਪਹਿਲਾਂ ਬਦਰੀਨਾਥ ਹਾਈਵੇ ਸੀ ਉੱਥੇ ਰੇਲਵੇ ਦੀ ਟਨਲ ਬਣ ਰਹੀ ਹੈ। ਟਨਲ ਦੇ ਸਥਾਨ ਤੇ ਰੇਲਵੇ ਇਸ ਪੁਲ ਦਾ ਨਿਰਮਾਣ ਕਰਵਾ ਰਿਹਾ ਸੀ। ਰੇਲਵੇ ਨੇ ਰਾਸ਼ਟਰੀ ਰਾਜਮਾਰਗ ਖੰਡ ਸ੍ਰੀਨਗਰ ਤੋਂ ਇਹ ਕਾਰਜ ਦਿੱਤਾ ਸੀ ਅਤੇ NH ਨੇ RCC ਨਾਮਕ ਕਾਰਿਆਦਾਦੀ ਸੰਸਥਾ ਨੂੰ ਪੁਲ ਦਾ ਨਿਰਮਾਣ ਕਾਰਜ ਸੌਂਪਿਆ ਹੋਇਆ ਸੀ। ਤਾਂ ਤਸਵੀਰਾਂ ਵੀ ਸਾਫ਼ ਤੌਰ 'ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੰਨੇ ਕਰੋੜਾਂ ਰੁਪਏ ਲੱਗਣ ਦੇ ਬਾਵਜੂਦ ਪੁਲ ਦਾ ਇੱਕ ਹਿੱਸਾ ਢਹਿ ਢੇਰੀ ਹੋ ਜਾਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਠੇਕੇਦਾਰਾਂ ਤੇ ਕਾਰਗੁਜ਼ਾਰੀ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜੇ ਕਰਦਾ, ਕਿਉਂਕਿ ਇੰਨੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਨੇ। ਅਗਰ ਇਸ ਤਰੀਕੇ ਦੇ ਨਾਲ ਹੀ ਪੁਲ ਢਹਿ ਢੇਰੀ ਹੁੰਦੇ ਰਹੇ ਬਣਨ ਤੋਂ ਪਹਿਲਾਂ ਹੀ ਤਾਂ ਸਾਡੇ ਦੇਸ਼ ਦੇ ਅੰਦਰ ਬਹੁਤ ਵੱਡੇ ਸਵਾਲ ਖੜੇ ਹੁੰਦੇ ਹਨ। ਖੈਰ, ਜੋ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹ ਕੀ ਆਪਦੇ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ।